शबद गुरु यात्रा रूपनगर शहर में प्रवेश कर चुकी है। इस अवसर पर शहर निवासियों में भारी उत्साह देखने को मिल रहा है। इस नगर कीर्तन के स्वागत करने के लिए पंजाब सरकार के पूर्व शिक्षा मंत्री डॉक्टर दलजीत सिंह चीमा विशेष तौर पर पहुंचे और उन्होंने शबद गुरु यात्रा का स्वागत किया। इस अवसर पर शहर निवासियों द्वारा जगह जगह पर लंगर लगाए गए। ਅੱਜ ਰੋਪੜ ਵਾਸੀਆਂ ਵਾਸਤੇ ਬਹੁਤ ਹੀ ਮੱਥੇ ਭਾਗਣ ਵਾਲੀ ਗੱਲ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰਪੁਰਬ ਦੇ ਸੰਬੰਧ ਦੇ ਵਿੱਚ 550 ਸਾਲਾਂ ਜਿਹੜੀ ਸਥਾਪਨਾ ਮਨਾਈ ਜਾਂਦੀ ਹੈ ਉਹਦੇ ਸੰਬੰਧ ਦੇ ਵਿੱਚ ਅੱਜ ਸ਼ਬਦ ਗੁਰੂ ਯਾਤਰਾ ਜਿਹੜੀ ਹੈ ਉਹ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਅੱਜ ਰੋਪੜ ਦੇ ਵਿੱਚ ਪਹੁੰਚੀ ਔਰ ਤੁਸੀਂ ਦੇਖ ਸਕਦੇ ਹੋ ਕਿ ਕਿੱਡਾ ਵੱਡਾ ਉਤਸ਼ਾਹ ਹੈ ਔਰ ਸਾਰੇ ਧਰਮਾਂ ਦੇ ਲੋਕ ਸਾਰੇ ਧਰਮ ਦੀਆਂ ਸ਼ਹਿਰ ਦੀਆਂ ਵੱਖ ਵੱਖ ਧਾਰਮਿਕ ਸੰਸਥਾਵਾਂ ਰਲ ਕੇ ਉਹਨਾਂ ਨੇ ਸੰਗਤ ਦੀ ਸੇਵਾ ਵਾਸਤੇ ਸਟਾਲਾਂ ਵੀ ਲਗਾਈਆਂ ਲੰਗਰ ਵੀ ਲਗਾਏ ਆ ਬਾਕੀ ਵੀ ਪ੍ਰਬੰਧ ਜਿਹੜੇ ਸਾਰੇ ਸ਼ਰਧਾਲੂਆਂ ਵਾਸਤੇ ਔਰ ਮੈਂ ਸਮਝਦਾ ਕਿ ਜਿਸ ਤਰ੍ਹਾਂ ਦਾ ਗੁਰੂ ਨਾਨਕ ਸਾਹਿਬ ਦਾ ਸਾਂਝੀ ਵਾਲਤਾ ਦਾ ਸੰਗੀਤ ਸੀ ਅੱਜ ਉਸੇ ਤਰ੍ਹਾਂ ਦਾ ਮਾਹੌਲ ਇਸ ਯਾਤਰਾ ਦੇ ਆਉਣ ਦੇ ਉੱਤੇ ਸਾਡੇ ਸ਼ਹਿਰ ਦੇ ਵਿੱਚ ਬਣਿਆ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਅਤੇ ਉਹਨਾਂ ਨੇ ਇਸ ਸ਼ਤਾਬਦੀ ਦੇ ਮੌਕੇ ਦੇ ਉੱਤੇ ਸਾਰੇ ਸਾਡੇ ਦਰਸ਼ਨ ਸ਼ਾਸਤਰਾਂ ਦੇ ਵੀ ਗੁਰੂ ਸਾਹਿਬ ਦੀਆਂ ਵੱਡਮੁੱਲੀਆਂ ਵਸਤਾਂ ਦੇ ਵੀ ਦਰਸ਼ਨ ਕਰਾਏ ਆ ਔਰ ਸ਼ਬਦ ਯਾਤਰਾ ਦੇ ਵੀ ਜਿਹੜੇ ਚੱਲ ਰਹੇ ਉਹ ਸਾਡੇ ਇਸ ਇਤਿਹਾਸਿਕ ਨਗਰ ਦੇ ਵਿੱਚ ਪਏ ਆ ਜਿਹਦੇ ਨਾਲ ਬਹੁਤ ਵੱਡੀ ਖੁਸ਼ੀ ਤੁਸੀਂ ਸਾਡੇ ਸ਼ਬਦ